बोलिए जगत गुरु भगवान श्री चंद्र महाराज की जय। आओ अज तुहानू दर्शन करवाउणे आ डेरा टिल्ला बाबा साहिबदास जी महाराज पिंड घराचों जिला संगरूर जिथे ब्रह्मलीन महंत ठाकुरदास जी निमित 17वीं दा भंडारा होया। इस मौके वड्डी गिणती विच संत महापुरश पुजे। समागम मौके अरंभे पाठां दे भोग पाए गए। देशां विदेशां तों वड्डी गिणती संगतां ने हाजरियां भरियां। एक रिपोर्ट। तिन को पर जा पूजन आई, तिन को पर जा
ਇਕਜੁੱਟ ਹੋ ਕੇ ਸੇਵਾ ਕਰ ਰਹੇ ਹਨ। ਅੱਜ ਸਤਾਰਾਂ ਦਿਨ ਹੋ ਚੁੱਕੇ ਨੇ ਮਹਾਂਪੁਰਸ਼ਾਂ ਨੂੰ ਬ੍ਰਹਮਲੀਨ ਹੋਇਆ ਨੂੰ ਪਤਾ ਹੀ ਨਹੀਂ ਸੀ ਵੀ ਆਹ ਭਾਅ ਵਿਕ ਜਾਣਾ ਹੈ, ਕਿਉਂਕਿ 7 ਤਰੀਕ ਨੂੰ ਇੱਥੇ ਘੋਲ ਪਾਇਆ ਗਿਆ। ਭੁਪਿੰਦਰ ਪਾਲ ਜੀ ਦਾ ਮਹਾਜਨ ਲੋਕਲੇ ਉਹਨਾਂ ਦੇ ਬੇਟੇ ਦਾ ਬਰਥਡੇ ਮਨਾਇਆ ਗਿਆ, ਭੋਗ ਵੀ ਪਾਇਆ ਗਿਆ। ਪਤਾ ਹੀ ਨਹੀਂ ਸੀ ਵੀ ਇਹ ਭਾਅ ਵਿਕਣਾ ਹੈ। ਜਦੋਂ ਸਮਾਂ ਪਤਾ ਲੱਗਿਆ ਕਿਸੇ ਨੂੰ ਸੱਚ ਨਹੀਂ ਆਇਆ ਤੇ ਇੱਥੇ ਆ ਕੇ 4 ਵਜੇ ਨੈਟ ਤੇ ਪਾਇਆ ਤਾਂ ਕਿ ਕਿਸਾਨ ਸਮਾਜ ਨੂੰ ਪਤਾ ਲੱਗਿਆ, ਕਿਉਂਕਿ ਮੰਨਣਾ ਸੱਚ ਹੈ ਜਾਂ ਝੂਠ ਜੋ ਆਇਆ ਸੋ ਗੱਲ ਸੀ। ਸਭ ਕੋਈ ਆਈ ਵਾਲੀ ਹੈ ਜਿਸ ਦੇ ਜੀ ਪ੍ਰਾਣ ਹੈ ਤੇ ਸਾਹਿਬ ਮਨਾ ਬੁਝਾ ਲਿਆ। ਇਹ ਬਹੁਤ ਤੁਹਾਡਾ ਨਗਰ ਬਾਬਾ ਸਾਹਿਬ ਦਾ ਜੀ ਦਾ ਸਥਾਨ ਹੈ ਤੇ ਸੰਤਨ ਕਿੰਨੀ ਮਸਕਰੀ ਕੋਲ ਬਣ ਕੇ ਰੀਤ ਭਾਰ ਦੇ ਆਪਾਂ ਸੰਤਾਂ ਮਹਾਂਪੁਰਸ਼ਾਂ ਦੇ ਬਚਨ ਮਹਾਂਪੁਰਸ਼ਾਂ ਦੇ ਜੋ ਬਚਨ ਨੇ ਉਹਨਾਂ ਨੂੰ ਆਪਾਂ ਗ੍ਰਹਿਣ ਕਰੀਏ। ਬੜੇ ਤਪੱਸਵੀ ਬੜੇ ਤਿਆਗੀ ਬੜੇ ਭਜਨ ਬੰਦਗੀ ਵਾਲੇ ਸਾਧੂ ਹੋਏ ਹਨ। ਇਸ ਸਥਾਨ ਬਾਰੇ ਜਿੰਨਾ ਕੁ ਮੈਂ ਬਜ਼ੁਰਗਾਂ ਤੋਂ ਸੁਣਿਆ ਕਿ ਬਾਬਾ ਸਾਹਿਬ ਦਾ ਜੀ ਇਸ ਸਥਾਨ ਤੋਂ ਲੰਘ ਰਹੇ ਸਨ, ਇਹ ਝੜੀ ਸੀ ਤੇ ਭੱਠਾ ਲੱਗਿਆ ਹੋਇਆ ਸੀ ਤੇ ਉਹਨਾਂ ਨੇ ਕਿਹਾ ਕਿ ਭਾਈ ਸਾਹਿਬ ਨੂੰ ਭਜਨ ਬੰਦਗੀ ਕਰਨ ਵਾਸਤੇ ਕੋਈ ਚੰਗੀ ਜਗ੍ਹਾ ਚਾਹੀਦੀ ਹੈ ਜਿਹੜੀ ਥੋੜ੍ਹੀ ਠੰਡੀ ਹੋਵੇ, ਕਿਉਂਕਿ ਹਾੜ ਜੇੜ ਦਾ ਮਹੀਨਾ ਸੀ, ਬੜੀ ਤਪਦੀਆਂ ਲੋਹਾਂ ਚੱਲਦੀਆਂ ਸੀ, ਬੜੀ ਜ਼ਿਆਦਾ ਗਰਮੀ ਪੈ ਰਹੀ ਤੇ ਉਸ ਮੌਕੇ ਜਿਹੜਾ ਇੱਥੋਂ ਦਾ ਪੱਠੇ ਦਾ ਮਾਲਕ ਸੀ ਸ਼ਾਹੂਕਾਰ ਸੀ, ਉਹਨੇ ਵੇਖ ਕੇ ਬਾਬਾ ਸਾਹਿਬ ਦਾਸ ਜੀ ਨੂੰ ਮਸ਼ਕਰੀ ਕਰ ਬੈਠਾ ਕਿ ਐਵੇਂ ਕੋਈ ਕੱਪੜੇ ਨੇ ਪਾਏ ਬਾਬੀ ਜਾਂ ਟਲਾਈਆਂ ਹੋ ਗਈਆਂ ਨੇ, ਐਵੇਂ ਕੋਈ ਮੰਗਤਾ ਜਾਂ ਹੋਇਆ ਫਿਰਦਾ। ਕਹਿੰਦਾ ਬਾਬਾ ਆ ਸਾਹਮਣੇ ਪੱਠਾ ਠੰਡੀ ਜਗ੍ਹਾ ਹੋਣ ਕੀ ਹੋਊਗੀ, ਇੱਥੇ ਬਹਿ ਕੇ ਤਪ ਤੇ ਤਪੱਸਿਆ ਤੋਂ ਇੱਥੇ ਬੈਠ ਕੇ ਕਰ ਸਜਣੋ ਪੱਠੇ ਨੂੰ ਆ ਕੇ ਦਿੱਤੀ ਹੋਈ ਸੀ ਤੇ ਪੱਠਾ ਤਪ ਰਿਹਾ ਸੀ ਪੂਰਾ ਦੂਰ ਦੂਰ ਤੱਕ ਸੀ ਤੇ ਬਾਬਾ ਸਾਹਿਬ ਦਾਸ ਜੀ ਮਹਾਰਾਜ ਇਸ ਪੱਠੇ ਦੇ ਉੱਪਰ ਚੌਂਕੜੀ ਮਾਰ ਕੇ ਬੈਠ ਗਏ ਤੇ ਉਹ ਵੇਖਦਾ ਅੰਦਰੋਂ ਅੰਦਰ ਹੀ ਹੱਸਦਾ ਕਿ ਸਾਹਿਬ 2 ਮਿੰਟ 4 ਮਿੰਟ ਕੱਢੂਗਾ ਤੇ ਹੁਣ ਭੱਜ ਕਰੂਗਾ, ਕਿਉਂਕਿ ਇੰਨਾ ਤਪ ਦਾ ਪੱਠਾ ਹੈ ਜਿਹਨੂੰ ਸੇਕ ਲੱਗੂ ਤੇ ਸਰੀਰ ਮਚੂ ਕਰਕੇ ਉੱਠ ਕੇ ਭੱਜ ਜਾਊਗਾ। ਸਜਣੋ ਉਹ ਪਹਿਚਾਣ ਚ ਨਕਾਬ ਰਹੀ ਆ ਉਹਦੀਆਂ ਅੱਖਾਂ ਤੇ ਉਹ ਜੋਗੀ ਜਨ ਉਹ ਫਕੀਰ ਕਿਸੇ ਹੋਰ ਦੇਤੀ ਦਾ ਮਾਲਕ। ਜਿਉਂ ਜਿਉਂ ਸਮਾਂ ਬੀਤਿਆ, ਮਿੰਟ ਬੀਤਿਆ, 2 ਮਿੰਟ ਬੀਤੇ, 5 ਮਿੰਟ ਬੀਤੇ, ਅੱਧਾ ਘੰਟਾ ਘੰਟਾ ਬੀਤਿਆ, ਸੰਤਾਂ ਤੱਕ ਹੀ ਭੱਜਣਾ ਸੀ ਉਲਟਾ ਕੀ ਵੇਖ ਰਿਹਾ ਜਿਹੜਾ ਤਪ ਦਾ ਪੱਠਾ ਤੋਂ ਠੰਡਾ ਹੋ ਗਿਆ। ਜਿਵੇਂ ਆਪਾਂ ਠੰਡੇ ਕਿਸੇ ਬਰਤਨ ਦੇ ਵਿੱਚ ਠੰਡਾ ਪਾਣੀ ਪਾ ਕੇ ਉਹਦੇ ਬਾਅਦ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ, ਇਸੇ ਤਰ੍ਹਾਂ ਇਸ ਜਗ੍ਹਾ ਤੇ ਆਲੇ ਦੁਆਲੇ ਕਹਿੰਦੇ ਪਾਣੀ ਸਿਮਣਾ ਸ਼ੁਰੂ ਹੋ ਗਿਆ। ਇੰਨੀ ਕਰਨੀ ਦੇ ਮਾਲਕ ਜਦੋਂ ਵੇਖਿਆ ਕਿ ਮੈਂ ਤਾਂ ਕੁਛ ਹੋਈ ਮਸਤੀ ਕਰ ਬੈਠਿਆ ਤਾਂ ਕੋਈ ਪਹੁੰਚੀ ਹੋਈ ਰੂਹ ਹੈ, ਕੋਈ ਅੱਤ ਦੀ ਬੰਦਗੀ ਕਰਨ ਵਾਲਾ ਫਕੀਰ ਹੈ ਤੇ ਉਹ ਗਰਦੌਰ ਕਰਕੇ ਪੈਰਾਂ ਜਾ ਡਿੱਗਿਆ ਕਿ ਮੇਰੇ ਤੋਂ ਗਲਤੀ ਹੋ ਗਈ, ਮਾਂ ਪੁੱਛੋ ਮੈਨੂੰ ਬਖਸ਼ ਦਿਓ, ਮੈਂ ਤਾਂ ਤੁਹਾਨੂੰ ਸੁੱਤੀ ਮਜ਼ਾਕ ਕਰ ਬੈਠਿਆ, ਮੈਨੂੰ ਨੀ ਪਤਾ ਸੀ ਕਿ ਤੁਸੀਂ ਕੁਲ ਕਾਲ ਕੋਲ ਤੇ ਭੇਜੇ ਹੋਏ ਇਨਸਾਨ ਤੇ ਸੱਜਣੋ ਉਸੇ ਸਮੇਂ ਇਹ ਜਗ੍ਹਾ ਨੂੰ ਛੱਡ ਕੇ ਉਹ ਚਲਾ ਗਿਆ ਤੇ ਬਾਬਾ ਜੀ ਨੇ ਕਿਹਾ ਕਿ ਇਹ ਜਗ੍ਹਾ ਉਹ ਸਾਡੀ ਹੈ, ਇੱਥੇ ਸਾਡੀ ਮਨਤਾ ਪੂਜਾ ਉਹ ਜਿਹੜਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਇੱਥੇ ਆਊਗਾ ਉਹ ਕਿੰਨੇ ਹੀ ਤਪਦਾ ਉਹਦਾ ਹਿਰਦਾ, ਜਿੰਨਾ ਮਰਜ਼ੀ ਉਹਦੇ ਮਨ ਦੇ ਵਿੱਚ ਈਰਖ ਹੈ, ਜਿੰਨਾ ਮਰਜ਼ੀ ਮਨ ਦੇ ਵਿੱਚ ਕਪਟ ਤੇ ਬਰੋਲ ਭਰੀ ਬੈਠਾ, ਜਦੋਂ ਸਾਡੀ ਚੌਂਕੜੀ ਤੋਂ ਅੰਦਰ ਆ ਕੇ ਸਾਡੀ ਸਮਾਧੀ ਤੇ ਮੱਥਾ ਟੇਕੋ ਤਾਂ ਉਹਦਾ ਜਿਹੜਾ ਹਿਰਦਾ ਐਸੇ ਤਰ੍ਹਾਂ ਸ਼ੀਤਲ ਭੇਟਾ ਜਾਊਗਾ। ਇਸ ਸਥਾਨ ਦੀ ਬੜੀ ਮਹਿਮਾ ਸਜਣੋ, ਜੇਕਰ ਬਾਬਾ ਸਾਹਿਬ ਦਾਸ ਜੀ ਦੀ ਗੱਲ ਕਰੀਏ, ਇਹਨਾਂ ਸਮਾਗਮਾਂ ਮੌਕੇ ਮਹੰਤ ਪਰਮਾਨੰਦ ਜੀ ਧਾਂਦਰਾ ਮੰਗਵਾਲ, ਮਹੰਤ ਸ਼ਾਂਤਾਨੰਦ ਜੀ ਵੀਰੋਕੇ, ਮਹੰਤ ਕ੍ਰਿਸ਼ਨ ਮੁਨੀ ਜੀ ਸੇਖਾ, ਮਹੰਤ ਸੁਖਦੇਵ ਦਾਸ ਜੀ ਮਾਜਰੀ, ਮਹੰਤ ਲਖਵਿੰਦਰ ਦਾਸ ਜੀ ਖੀਵਾ ਅਤੇ ਸੁਖਣਾ ਬਲੂ, ਮਹੰਤ ਮੱਗਰ ਦਾਸ ਜੀ ਮੈਲਾ ਚੌਂਕ, ਮਹੰਤ ਸੂਬਾ ਦਾਸ ਜੀ ਘਰਾਚੋਂ, ਮਹੰਤ ਬਚਨ ਦਾਸ ਜੀ ਖਲਿਆਣ, ਮਹੰਤ ਰਮੇਸ਼ ਮੁਨੀ ਜੀ ਡੇਰਾ ਭਾਗੀਵੰਦ ਤਲਵੰਡੀ ਸਾਬੋ ਅਤੇ ਮੌੜ ਮੰਡੀ, ਮਹੰਤ ਰਾਮਦਾਸ ਜੀ ਚੱਠਾ, ਮਹੰਤ ਸੇਵਾਦਾਸ ਜੀ ਕੋਟ ਫੱਤਾ, ਮਹੰਤ ਦਰਸ਼ਨ ਮੁਨੀ ਜੀ ਨਮੋਲ, ਸਵਾਮੀ ਜਗਦੀਸ਼ ਗਿਰ ਜੀ ਛਹਾੜ, ਮਹੰਤ ਕੇਸਰਦਾਸ ਜੀ ਅਹਿਮਦਪੁਰ, ਮਹੰਤ ਗੁਰਦਰਸ਼ਨ ਦਾਸ ਜੀ ਖੀਵਾ, ਮਹੰਤ ਮਣੀਦਾਸ ਜੀ ਲੌਂਗੋਵਾਲ, ਮਹੰਤ ਬਾਲਕ ਰਾਮ ਜੀ ਬੀਰੋਕੇ, ਮਹੰਤ ਰਾਮਦਾਸ ਜੀ ਲਲੋਸੀ, ਮਹੰਤ ਗੰਗਾਦਾਸ ਜੀ ਧਨਪੁਰਾ, ਮਹੰਤ ਕੇਸ਼ਵ ਰਾਮ ਜੀ ਕੋਟ ਸ਼ਮੀਰ, ਮਹੰਤ ਸੁਦੇਵ ਪ੍ਰਕਾਸ਼ ਜੀ ਮਹਿਮਾ ਸਰਜਾ।
ਮਹੰਤ ਕਾਂਦਾਸ ਜੀ ਸੁਨਾਮ, ਮਹੰਤ ਹਰਦੇਵਦਾਸ ਜੀ ਦਲੱਦੀ, ਮਹੰਤ ਕਾਲਾਦਾਸ ਜੀ ਮਾਝੀ, ਮਹੰਤ ਗੁਰਚਰਨਦਾਸ ਜੀ ਪੰਡਵਾ ਅਤੇ MLA ਮੈਡਮ ਨਰਿੰਦਰ ਕੌਰ ਭਰਾਜ ਵੀ ਹਾਜ਼ਰ ਸਨ। ਪਟ ਕੇ ਬਹੁਤ ਨੀ ਚੌਰਾਸੀ ਵਾਲੇ ਲੱਗੇ ਤੈਨੂੰ ਚੱਟ ਕੇ ਦੱਸ ਰੂਹੇ ਮੇਰੀ ਅਲੀ ਕਦੋਂ ਦੀ ਤੂੰ ਪਟ ਕੇ ਬਹੁਤ ਨੀ ਚੌਰਾਸੀ ਵਾਲੇ ਲੱਗੇ ਤੈਨੂੰ ਚੱਟ ਕੇ ਕੋਈ ਐਸੀ ਜੁਗਤ ਬਣਾ ਲੈ ਰੱਬ ਨਾਲ ਮੇਲ ਗਈ ਘੁੰਮਣ ਤੇਰੀ ਲੱਭੇ ਨਾ ਕਿਨਾਰਾ ਤੂੰ ਬਹੁਤ ਸਮਾਂ ਬੀਤ ਗਿਆ ਫਿਰਦੀ ਆਵਾਰਾ ਤੂੰ ਫਸ ਗਈ ਘੁੰਮਣ ਤੇਰੀ ਲੱਭੇ ਨਾ ਕਿਨਾਰਾ ਨੀ ਤੂੰ ਧਿਆਨ ਚਰਨਾ ਨਾ ਲਾ ਲੈ ਰੱਬ ਨਾਲ ਮੇਲ ਦੇਣਗੇ ਰੂਹੇ ਸੰਤ ਵਿੱਚੋਂ ਨਾਲ ਮੇਲ ਦੇਣਗੇ ਰੂਹੇ ਸੰਤ ਵਿਚੋਲੇ ਪਾਲ ਰੱਬ ਨਾਲ ਮੇਲ ਦੇਣਗੇ ਰੂਹੇ ਸੰਤ ਵਿਚੋਲੇ ਪਾਲ ਰੱਬ ਨਾਲ ਮੇਲ ਦੇਣਗੇ ਜੇ ਮਧੂਸੂਦਨ ਦੀ ਓਟ ਨਾ ਤਕਾਵੇਂਗੀ ਪ੍ਰੀਤਮ ਦੇ ਵਾਂਗ ਕਦੇ ਬੀਬੀ ਅਤੇ ਸੇਵਾਦਾਰਾਂ ਵੱਲੋਂ ਤਿਆਰ ਕੀਤੇ ਗੁਰੂ ਕੇ ਲੰਗਰ ਸਾਰੀਆਂ ਸੰਗਤਾਂ ਨੇ ਇਕੱਠੇ ਪੜ ਕੇ ਛਕਿਆ ਅਤੇ ਸੇਵਾਦਾਰਾਂ ਨੇ ਵੱਧ ਚੜ ਕੇ ਸੇਵਾ ਕੀਤੀ। ਭਾਗ ਦਇਆ ਮਾਲੀਆ ਕਿੱਥੇ ਜਾ ਕੇ ਬਹਿ ਗਏ 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 ਤੇਰੇ ਬਿਨਾ ਸੁਨਾ ਸੁਨਾ ਤੇਰੇ ਬਿਨਾ ਸੁਨਾ ਸੁਨਾ ਬਾਗ ਸਾਰਾ ਖਾਲੀਆ ਕਿੱਥੇ ਜਾ ਕੇ ਬਹਿ ਗਏ ਬਾਗ ਦਇਆ ਮਾਲੀਆ ਕਿੱਥੇ ਜਾ ਕੇ ਬਹਿ ਗਏ ਬਾਗ ਦਇਆ ਮਾਲੀਆ ਕਿੱਥੇ ਜਾ ਕੇ ਬਹਿ ਗਏ ਭਾਗ ਦਇਆ ਮਾਲੀਆ
कौन दऊगा दिलासा सानू तेरे बिना प्यार या दऊगा दिलासा सानू तेरे बिना प्यार या दऊगा दिलासा सानू तेरे बिना प्यार या भुलना नी समा जेड़ा तेरे ना गुजारिया भुलना नी समा हो जेड़ा तेरे ना गुजारिया तेरे बिना जग सारा तेरे बिना जग सारा फुल पे खाली खाली कितने जाके बह गए बाग दया मालिया कितने जाके बह गए बाग दया मालिया कितने जाके बह गए बाग दया मालिया कितने जाके बह गए बाग दया